I'm
एक दफा सजना कई दफा सजन राजा ने आया सजन दे जवाब नहीं आता ओ मेरे सोने शाह सवारा हो मेरे जग जू छोड़ कर जा रहा हूँ
قرآن ਨਾਲ ਕੁਰਾਨ ਮਾਲ ਬੇਦੀ ਮਾਲ ਬੇਦੀ ਮਾਲ ਕੁਰਾਨ ਕੁਰਾਨ ਅਹਿਲੇ ਬੈਤ ਦੇ ਨਾਲ ਔਰ ਮੇਰੇ ਅਹਿਲੇ ਬੈਤ ਕੁਰਾਨ ਦੇ ਨਾਲ ਕੁਰਾਨ ਅਹਿਲੇ ਬੈਤ ਜੁਦਾ ਨਹੀਂ ਅਹਿਲੇ ਬੈਤ ਕੁਰਾਨ ਜੁਦਾ ਨਹੀਂ ਔਰ ਖੁਸ਼ ਨਸੀਬ ਹੈ ਉਹ ਬੰਦਾ ਜਿਹੜਾ ਹਜ਼ੂਰ ਦੇ ਫਰਮਾਨ ਦੀ ਤਾਮੀਨ ਕਰਦੇ ਹੋਇਆ ਇੱਕ ਹੱਥੀ ਦਾਮਨ ਕੁਰਾਨ ਇੱਕ ਹੱਥੀ ਦਾਮਨ ਅਹਿਲੇ ਬੈਤ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰੇ ਖੁਦਾ ਸ਼ਾਇਦ ਕਿਤਨੀ ਪਰੇਸ਼ਾਨ ਨਹੀਂ ਸੀ ਕਾਮਯਾਬੀ ਦੁਨੀਆਂ ਦੇ ਵੀ ਕਾਮਯਾਬੀ ਇਸੇ ਰਸਤੇ ਦੇ ਆਖਰਤ ਦੀ ਕਾਮਯਾਬੀ ਦਾ ਰਸਤਾ ਵੀ ਹੋਵੇ ਰੋਜ਼ਾਨਾ ਨਮਾਜ਼ਾਂ ਪੜ੍ਹ ਕੇ ਬੜੀ ਮੰਨੇ ਕੋਈ ਸੂਰਹ ਫਾਤਿਹਾ ਦੇ ਵਿੱਚ ਇਹ ਦਿਨ ਸਿਰਾਤ ਵਲ ਮੁਸਤਕੀਮ ਸਿਰਾਤ ਵਲ ਲਜ਼ੀਨਾ ਅਨਅਮਤ ਅਲੈਹਿਮ ਅਮੇ ਉਸ ਸਿਰਾਤ ਵਲ ਮੁਸਤਕੀਮ ਦੇ ਸਾਬਿਤ ਰੱਖ ਗੁਮ ਹਸਤੀਆਂ ਦੇ ਰਸਤੇ ਦੇ ਜਿਨ੍ਹਾਂ ਦੇ ਆਫੀਆਂ ਨੇ ਉਨ੍ਹਾਂ ਦਾ ਔਰ ਨਿਮਤਾਂ ਇਤਨੀਆਂ ਨਾਜ਼ਰ ਫਰਮਾਈਆਂ ਆਮਤਾ ਲੈ ਜਿਨ੍ਹਾਂ ਦੇ ਉੱਤੇ ਨਿਮਤ ਨਾਜ਼ਰ ਫਰਮਾਈਆਂ ਔਰ ਮਹਜ਼ੂਬ ਲੋਕਾਂ ਦੇ ਰਸਤੇ ਦੇ ਸਾਹਮਣੇ ਨਾ ਚੱਲਾ ਸਾਨੂੰ ਆਹ ਦੇ ਰਸਤੇ ਦੇ ਸਾਬਿਤ ਕਦਮ ਰੱਖ ਵੀ ਨਾ ਦਿੱਤਾ ਇਹ ਸਾਰ ਅੱਲਾਹ ਨੇ ਇਹਨਾਂ ਨੂੰ ਚੁਣਿਆ ਹਜ਼ੂਰ ਇਹਨਾਂ ਦਾ ਤਾਰੁਫ ਕਰਾਇਆ ਇੱਕ ਮਕਾਮ ਤਨੀ ਚੁੱਕੇ ਹਜ਼ੂਰ ਦੇ ਕੋਲ ਆਏ ਅੱਲਾਹ ਦੇ ਰਸੂਲ ਤੁਹਾਡੇ ਬੜੇ ਅਹਿਸਾਨ ਨੇ ਜਾਹਿਲਾ ਸੇ ਮੁਸ਼ਰਕਾ ਸੇ ਮੁਮਿਨ ਬਣਾਏ ਇੱਜ਼ਤ ਤਬਲੀਗੀ ਬੜੀ ਵਜ੍ਹਾ ਤੋਂ ਅਸਾਂ ਤੁਹਾਡੇ ਮਾਲੀ ਤਾਮਨ ਕਰਨਾ ਚਾਹੁੰਦੇ ਹਾਂ ਹੁਕਮ ਦਿਓ ਸਰਕਾਰ ਖਾਮੋਸ਼ ਹੋਵੇ ਇਬਰਾਹੀਮ ਆਇਆ ਅੱਲਾਹ ਦੇ ਨਬੀ ਖਾਲਿਕ ਦੇ ਫਰਮਾਇਦਾ ਇਹਨਾਂ ਕੋਲ ਮਾਲ ਨਹੀਂ ਮਾਲ ਦੀ ਜ਼ਰੂਰਤ ਨਹੀਂ ਮਾਲ ਦੇਵਣ ਵਾਲਾ ਮੈਂ ਅੱਲਾਹ ਰਿਜ਼ਕ ਦੇਵਣ ਵਾਲਾ ਇਹਨਾਂ ਕੋਲ ਤੁਹਾਡੇ ਕੋਲ ਮੈਂ ਨਾ ਕੋਈ ਮਾਲ ਮੰਗਦਾ ਨਾ ਕੋਈ ਹੋਰ ਸ਼ੈ ਮੰਗਦਾ ਸਿਰਫ ਇਹ ਮੰਗਦਾ ਆਖ ਕੁਲ ਲਾ ਅਸਅਲੁਕੁਮ ਅਲੈਹਿ ਅਜਰ ਇਲਲ ਮਵੱਦਤਾ ਫਿਲ ਕੁਰਬਾ ਸਿਰਫ ਕਰੀਬੀਆਂ ਦੀ ਮੁਹੱਬਤ ਬਸ ਇਹ ਮੇਰਾ ਦਿਲ ਵਿਸ਼ਾਲਤ ਹੈ ਔਰ ਫਿਰ ਉਹਨਾਂ ਦਾ ਤਾਰੋ ਕਰਾਇਆ ਪੁੱਛਿਆ ਮੁਹੱਬਤ ਦੀ ਕੁਰਬਾ ਕੌਣ ਸਰਕਾਰ ਫਰਮਾਇਆ ਫਾਤਿਮਾ ਵਬਾਲੋਹਾ ਵਬਰੂਹਾ ਫਾਤਿਮਾ ਫਾਤਿਮਾ ਦਾ ਸ਼ੌਹਰ ਅਲੀ ਔਰ ਫਾਤਿਮਾ ਦੇ ਬੇਟੇ ਔਰ ਮੈਂ ਤਿਸਾ ਤੁਮ ਮੈਂ ਗੁਲ ਦਿਲ ਹੁਸੈਨ ਔਰ ਨੌ ਮੇਰੇ ਹੁਸੈਨ ਦੀ ਔਲਾਦ ਫਿਰ ਉਹਨਾਂ ਦੇ ਅਸਮਾ ਦੱਸੇ ਕਮਾਲਾਤ ਦੱਸੇ ਇਲਮ ਦੱਸਾ ਹਰ ਇੱਕ ਦਾ ਕਮਾਲ ਦੱਸਾ ਸਮਝ ਬੈਠੇ ਹੋ ਲੋਕਾਂ ਨੂੰ ਪੂਰਾ ਤਾਰੁਫ ਕਰਾਇਆ ਕੱਲ ਕੋਈ ਭੁੱਲੇ ਨਹੀਂ ਕੋਈ ਨਾ ਫਿਰ ਸਮਝ ਨਹੀਂ ਆਈ ਮੁਤਾਦਿਦ ਮਕਾਮਾਤ ਤੇ ਉਹਨਾਂ ਦਾ ਤਾਰੁਫ ਕਰਾਇਆ ਉਹਨਾਂ ਹਸਤੀਆਂ ਦੇ ਵਿੱਚ ਪਹਿਲੀ ਹਸਤੀ ਸਰਕਾਰ ਅਮੀਰ ਮੁਮਿਨੀਨ ਉਹਨਾਂ ਦਾ 23 ਸਾਲ ਅੱਲਾਹ ਦੇ ਦੀਨ ਦੀ ਤਬਲੀਗ ਕੀਤੀ ਔਰ ਮੌਲਾ ਕਾਇਨਾਤ ਨੇ ਆਪਣੇ ਕਾਰਨਾਮੇ ਕਾਇਨਾਤ ਨੂੰ ਦੱਸੇ ਕਿ ਹਜ਼ੂਰ ਦਾ ਜਾਨਸ਼ੀਨ ਕੌਣ ਬਲਕਿ ਮਾਤ ਤੋਂ ਲੈ ਕੇ ਲਾਹ ਤੱਕ ਇਹਨੀ ਖਿਦਮਤ ਇਸਲਾਮ ਬਚਪਨ ਆਈ ਅਤੇ ਮੌਲਾ ਕਾਇਨਾਤ ਨੇ ਹਜ਼ੂਰ ਦੇ ਨਾਲ ਨੁਸਰਤ ਕੀਤੀ ਮਦਦ ਕੀਤੀ ਹਜ਼ੂਰ ਜਦ ਆਗਾਜ਼ ਕੀਤਾ ਨਾ ਤਬਲੀਗ ਦੀਨ ਦਾ ਲੋਕ ਮੱਕਾ ਦੇ ਸਰਦਾਰ ਬੜੇ ਮੁਤਾਸਰ ਬਣ ਗਏ ਅਤੇ ਉਹਨਾਂ ਨੇ ਬੱਚਿਆਂ ਨੂੰ ਸਿਖਾਇਆ ਕਿ ਹਜ਼ੂਰ ਤੇ ਜ਼ੁਲਮ ਕਰੋ ਹਜ਼ੂਰ ਜਿਹਾ ਸ਼ਾਮੀ ਆਵੇ ਨਾ ਤਾਂ ਜ਼ਖਮੀ ਹੋ ਕੇ ਬੰਦੇ ਆ ਅਰਜ਼ ਕੀਤੀ ਮੌਲਾ ਕਾਇਨਾਤ ਅਮੀਰ ਮੋਮਿਨੀਨ ਆਖਰ ਥਾਰ ਕਿਉਂ ਇਹ ਇਤਨੇ ਜ਼ਖਮ ਹੋਣ ਫਰਮਾਇਆ ਅਲੀ ਇਹਨਾਂ ਲੋਕਾਂ ਨੇ ਬੱਚਿਆਂ ਨੂੰ ਸਿਖਾਇਆ ਹੋਇਆ ਬੱਚੇ ਮਰਫੂਰ ਕਲਮ ਕੁਝ ਆਖ ਨਹੀਂ ਸ਼ਹੀਦਾ ਉਹ ਜ਼ੁਲਮ ਕਰੇ ਨਾ ਤੋ ਹਜ਼ਰਤ ਅਬੂ ਤਾਲਿਬ ਨੇ ਉਹਨਾਂ ਮੱਕਾ ਦੇ ਸਰਦਾਰਾਂ ਨੂੰ ਸ਼ਾਦ ਕੇ ਫਰਮਾਇਆ ਖਿਆਲ ਕਰੋ ਕੋਈ ਦੁਸ਼ਮਣੀ ਆਉਂਦੀ ਮਾਂਦੀ ਕੋਈ ਹੱਥ ਹੁੰਦੀ ਹੈ ਸਭ ਬੱਚਿਆਂ ਨੂੰ ਸਿਖਾ ਕੇ ਇਹਨਾਂ 'ਤੇ ਜ਼ੁਲਮ ਕਰੇ ਦਿਓ ਖੌਫ ਖੁਦਾ ਕਰੋ ਉਹਨਾਂ ਨੇ ਜੋ ਕਿ ਬੱਚਿਆਂ ਦੇ ਮਾਮਲੇ ਅਸੀਂ ਕੀ ਕਰ ਸਕਦੇ ਹਾਂ ਕਿ ਬੱਚਿਆਂ ਦੇ ਮਾਮਲੇ 'ਚ ਅਸੀਂ ਕੀ ਕਰ ਸਕਦੇ ਅੱਛਾ ਫਰਮਾਇਆ ਖੈਰ ਹੈ ਬਸ ਸਾਥ ਲਾ ਕੇ ਸ਼ਿਕਵਾ ਤੁਸਾਂ ਨਹੀਂ ਕਰਨਾ ਠੀਕ ਹੈ ਤੁਹਾਡੇ ਬੱਚੇ ਤਬੱਚੇ ਸਾਡੇ ਵੀ ਹੈ ਤੇ ਦੂਸਰੇ ਦਿਨ ਮੌਲਾ ਕਾਇਨਾਤ ਹੁਕਮ ਦਿੱਤਾ ਬੇਟਾ ਤੁਸੀਂ ਵਜਣਾ ਮੇਰੇ ਮੁਹੰਮਦ ਦੇ ਨਾਲ ਇਹ ਤਾਂ ਬਚਪਨ ਹੈ ਉੱਠ ਦੀਆਂ ਚਾਹੀਦੀਆਂ ਮੇਰੇ ਆਕਾ ਨੇ
आदत मुताबिक बच्चे दार चौक से खड़े होने आए, लेकिन जब अली लाल आए थे मौला ने उन्होंने ऐसी सजा दी मेरे आका दी ना फरमाने दी जो रोंदे पिटे दे बच्चे हाथ तोड़ दे। पूछा क्या हर बच्चा आदम है तो अली मार है भी आदम है वो अली मार है आखिरकार सरकार अबू तालिब को बुलाए अली नु सिखाऊंगा साढ़े बच्चे मरे जा रहे सरकार फरमाया अली भी बच्चे बच्चों के बारे में असं ये कर सकते हैं बचपने तो लेके जवानी के कारनामे थोड़े सामने हर मैदान में देखो अली मैदान में देखे यानी बदर तो लेके ते नहरवान तक हर जंग का फाते है तारुफ कराया आखिरकार मौला कहना था मकाम खुम गरीब थे बड़ा फसीह वली खुद इरशाद फरमाया और दर्शा माशा नाज माँ का साथ तो फिर तबलीग माँ आजाला लोगों जो अल्लाह ने नाजिल किया है मैंने उसके पहुँचाने में कमी नहीं की मैंने पहुँचाने लेकिन उबैयन लकुम सबब हाजिल आया क्योंकि जब हुजूर आखिरी हज करके वापस आए कुछ अले मकाम खुम गदीर थे जिब्राईल की आयत लेके आया या अय्युहर रसूल बल्लिग़ मा उन्ज़िला इलैका मिन रब्बिक वइन लम तफ़अल फ़मा बल्लग़्त रिसालता वल्लाहु यासिमुका मिनन्नास। तो सरकार ने इस आयत के नाजिल होने के बाद पूरे सिस्टम रोक दिया फलाना का मेंबर मशहूर है बड़ा बना दिया गया सरकार तशरीफ ले आए अल्लाह ने हमद और सना के बाद एक जुमला इशारा फरमाया माशर अल्नास मा कसबत फी तबलीग मा अरसला लोगो जो अल्लाह ने नाजिल किया है मैंने उसके पहुँचाने में कोई कमी नहीं की इसी जगह अकुमा फी आदर मशा इसी जादे हो गई कि नो मैं हर सुफेद और सियाह को दर्शा व बोले बाप के अभी जल्दा वास्ता अन्ना अली अपना भी ताले बखी व वसी व खलीफा दी व इमाम व बादी अल्लाह ने इतनी खड़ो के लोग अब दस दे जो अली मेरा फिराए अली मेरा खलीफा अली मेरा जानशीन है अली मेरे बाद थोड़ा इमाम है मालो मिनी मालो हारून मिन मूसा अली का मकाम है मोहम्मद अली में जनाब हारून का जनाब मूसा दिला नबी आबादी मेरे बाद में नबी नहीं आना पर मैं अली के बाद अल्लाह व रसूल अली अल्लाह और अल्लाह के रसूल के बाद अली थोड़ा वली है अल्लाह ने मेरे से आयत नाज़िल की थी इन्नमा वलीयुकुम अल्लाहु व रसूलुहु वल्लज़ीना आमनु वल्लज़ीना युकीमुना सलाता व युतूना ज़कता व हुम राकिऊन फरमाया तुहाडा वली अल्लाह दा रसूल और वो हस्ती जाए नमाज भी कायम की थी और हालत रखो इत ज़कात भी दी और लोगो ये अली ये बनावी ताले मकाम और सलाम बात है सरकार लोग ये अली ये जो नमाज भी कायम की थी ज़कात भी अदा की लेकिन फरमाया अंतो अजीब रही नहीं अस्ताफी अभी मैं जिब्रील नुआ के अल्लाह नुआ को जब बैठे को लिए ऐलान न कराओ सुनते हो ऐलान कराओ खाई बैठे को लिए ऐलान न करावे पूछिया क्यों फरमाया ले इल्मी बेखिल्लत मुत्तकीन और कसरत मुनाफिकीन क्योंकि मैं मोहम्मद जानना मुत्तकी थोड़े ते मुनाफिक ढेर इस्लाम का मजाक करना ढेर मैं मोहम्मद को बार बार तकलीफ दे वाले ढेर और कसरत अजाबी है रब अल्लाह कि जो फाइना मैं मोहम्मद को तकलीफ नहीं दिए और तकलीफ का वजह के सबब भी दर्शा क्यों मैं को तकलीफ दे दें कि कसरत मुलाजमत दी या वही कहानी है
مرکز علیه تیلی هر ویلی بری مار رو دارم این روگا نوی کنه چی نی لگنی من فرما ماشر الناس و لوگو این لعنا سبب لکم ولیان و اماما مفتر زدتات و المهاجرین و الانسار و تابعین لهم و لوگو اللہ نے علی کو دوڑا امام بنایا ہے اللہ نے علی کو دوڑا ولی بنایا علی دی اطاعت ہر کئی دیواری مفتر زمتاعت امال المحاجرین ہر محاجر تی علی دی اطاعت واجب ہر انسار تی علی دی اطاعت واجب وعلى تابعین لهم ہر تابعی تی علی دی اطاعت واجب وعلى المادی والعازل ہر دیہاتی پر علی کی اطاعت واجب ہر شہری پر علی کی اطاعت واجب وعلى العربی والعجمی ہر عربی پر علی کی اطاعت واجب ہر عجمی پر علی کی اطاعت واجب وعلى الصغیر والکبیر ہر چھوٹے پر علی کی اطاعت واجب ہر بڑے پر علی کی اطاعت واجب وعلى الحر والمملوک ہر آزاد پر علی کی اطاعت واجب ہر غلام پر علی کی اطاعت واجب وعلى الابیض والاسود ہر سفید پر علی کی اطاعت واجب ہر سیاہ پر علی کی اطاعت واجب وعلى کل مواحد ہر توحید کا کلمہ پڑھنا لیتے علی کی اطاعت واجب علی کی اطاعت واجب فرمایا جائز قول نافذ امر رب علی دا حکم جلسی علی اول الامر ہے فرمایا ملعون من خالفہ مرحوم من تابعہ فرمایا اس نے اللہ دی لعنت اسی جڑا علی دی مخالفت کرے سی اس نے رحمت اسی جڑا علی دی گواہ کرے سی تو پھر یعنی بڑا خطبہ ہے پت فرمائے لوگو کیونکہ اللہ یعنی آخر ہو مشعل و قوم ہو یہ آخری مقام علی تمہلین و اپنا جانشین بنا رہے ہیں فَسْمَوْ وَتِيُوْ بِعَمْرِ رَبِّكُمْ سُنَوْ تِ اِطَاعَتْ کرو اللہ دے حکم دے اِنَّا رَبَّكُمْ اِلَاهَكُمْ وَوَلِيَكُمْ تھوڑا رب تھوڑا الہ بھی ہے تھوڑا ولی ہے وَمَنْ دُونَ رَسُولُهُمْ نَبِيَكُمْ اور فرمایا اللہ تو بات تھوڑا رسول نبی ولیوکم ولیوکم القائم المخاطب فرمایا اللہ تو بار اللہ نے رسول محمد تواڑا ولی کیڑا محمد القائم المخاطب جیڑا تواڑے سامنے کھڑو تو یہاں تے تواڑے نال لاج بھی کرے اللہ کرا دے ولی ہے فرمایا وائل امامتا یا امت میں بلدی فی ذریعتی میں بلدے فرمایا قیامت تک ذریعت میں دیو سی اولاد علی دیو سی امامتی سے ساری طرح سے اپنے فرزندان سارا دینا علی رکھے
ਕਹਿ ਪੁੱਛਿਆ ਮੌਲਾ ਦੇ ਹੁਣ ਕਿਆ ਵਜ੍ਹਾ ਹੈ ਕਿ ਤੁਸੀਂ ਸਾਰੇ ਪੁੱਤਰਾਂ ਦੇ ਨਾਂ ਅਲੀ ਰੱਖੇ ਨੇ। ਫਰਮਾਇਆ ਇਹ ਤਾਂ ਮੇਰੇ ਅੱਲਾ ਮੈਂ ਇਤਨੇ ਦੇ ਵਿਆ ਸੌ ਹੀ ਦੇ ਵਿਆ ਜਾਂ ਮੈਂ ਸਾਰਾ ਦਾ ਨਾਂ ਅਲੀ ਰੱਖਾਂ ਕਿਉਂਕਿ ਇਤਨੀ ਮੁਹੱਬਤ ਹੈ ਬਾਬੇ ਦੇ ਨਾਂ ਦੀ। ਲਿਆਜ਼ਾ ਸੈਯਦ ਸਾਜਦੀਨ ਅਲੀ ਇਸਮੇ ਮੁਬਾਰਕ ਹੈ ਔਰ ਇਹ ਉਹ ਅਜ਼ੀਮ ਹਸਤੀ ਹੈ ਜੇ ਕੋਈ ਸੈਯਦ ਸਾਜਦੀਨ ਆਖਰ ਸਜਦੇ ਕਰਨਾ ਨਜ਼ੀਬ ਤੁਹਾਨੂੰ ਖੁਸ਼ ਨਸੀਬ ਹੋ ਲੋਗੋ ਔਰ ਜਿਤਨੇ ਸ਼ੁਕਰੀਆ ਅਦਾ ਕਰੋ ਉਹਦੇ ਸ਼ੁਕਰੀਆ ਅਦਾ ਨਹੀਂ ਕਰ ਸਕਦੇ। ਅਗਰ ਕੋਈ ਸੈਯਦ ਸਾਜਦੀਨ ਅੱਲਾ ਹਾਦੀ ਦੇ ਇਮਾਮਤਾ ਕੀ ਦਰਦਤ ਵਾਂਗ ਹੋਈ ਸਜਦੇ ਕਰਨ ਵਾਲਾ ਦੀ ਸਜ਼ਾ ਜ਼ੈਨ ਉਲ ਆਬਦੀਨ ਇਬਾਦਤ ਕਰਨ ਵਾਲਾ ਦੀ ਜ਼ੀਨਤ ਯਾਨੀ ਕਮਾਲ ਹੈ ਕਿ ਸੈਯਦ ਸਾਜਦੀਨ ਜ਼ੈਨ ਉਲ ਆਬਦੀਨ ਇੱਕ ਜਿਹੜੇ ਸਰਕਾਰ ਨਮਾਜ਼ ਪੜ੍ਹ ਰਹੇ ਨੇ ਫਿਰ ਨਮਾਜ਼ ਕੋਸ਼ਿਸ਼ ਕਰੋ ਕਿ ਇਹਨਾਂ ਦਾ ਸਲੀਕਾ ਇਹਨਾਂ ਦਾ ਤਰੀਕਾ ਇਹਨਾਂ ਦੀ ਸੀਰਤ ਅਪਣਾਓ। ਨਮਾਜ਼ ਪੜ੍ਹੋ ਚੱਟੀ ਸਮਝ ਕੇ ਨਹੀਂ, ਨਮਾਜ਼ ਪੜ੍ਹੋ ਇਬਾਦਤ ਸਮਝ ਕੇ ਸ਼ੌਕ ਨਾਲ ਪੜ੍ਹੋ ਮੁਹੱਬਤ ਨਾਲ ਪੜ੍ਹੋ। ਨਮਾਜ਼ ਕੋਈ ਆਮ ਅਮਲ ਨਹੀਂ, ਇਸ ਨਮਾਜ਼ ਦੀ ਅਹਿਮੀਅਤ ਪੁੱਛ ਤਾਂ ਸਹੀ ਬਾਰਾਂ ਦੇ ਦੁਆਰਾਂ ਦੇ ਕੋਲ ਸੈਯਦ ਸਾਜਦੀਨ ਦੇ ਕੋਲ ਤਾਂ ਪੁੱਛ ਕੇ ਨਮਾਜ਼ ਦੀ ਅਹਿਮੀਅਤ ਯਾਰ ਤੁਹਾਡੇ ਜਿਤਨੇ ਮਸਾਇਬ ਹੈ ਲੇਕਿਨ ਰਵਾਇਤ ਇਹ ਹੈ ਕਿ ਹਰ ਰਾਤ ਹਜ਼ਾਰ ਰਕਤ ਨਮਾਜ਼ ਪੜ੍ਹਦਾ ਔਰ ਫਿਰ ਪਰਦਾਦਾਰਾ ਕੇ ਨਾਮ ਮਿਹਰਬਾਨੀ ਫਰਮਾਓ ਆਪਣੀ ਇਬਾਦਤ ਘਟਾ ਦੇ ਉਹ ਸ਼ਾਮ ਖਾ ਗਈ ਤੇ ਰੁੱਖ ਢੇਰ ਬਿਠੇ ਨੇ ਸਰਕਾਰ ਆਕੇ ਲਸ਼ਕਰ ਨਾਫਾ ਜਾਨ ਫਰਮਾਵੇ ਨਾ ਜਾਓ ਜ਼ਰਾ ਡਾਰੇ ਅਲੀ ਦਾ ਚਾਹ ਕੇ ਖੇਡਾ ਉਹਨਾਂ ਜਦੇ ਵੀ ਸਰਕਾਰ ਦੇ ਅਮਾਲ ਨਾਮ ਇਬਾਦਤ ਲਿਖੀ ਹੋਈ ਹੈ ਪਿੱਛੇ ਸੈਯਦ ਸਾਜਦੀਨ ਕਿਤਨੀ ਇਬਾਦਤ ਕਰ ਸਕਦਾ ਜਿਤਨੀ ਅਲੀ ਕੀ। ਮੇਰੇ ਭਾਈਓ ਇਤਨੀ ਮੁਸ਼ਕਲਾਤ ਹੋਵੇ ਇਤਨਾ ਔਖਾ ਹੋਵੇ ਤੂੰ ਨਮਾਜ਼ ਨੂੰ ਅਹਿਮੀਅਤ ਦੇ ਬਸ ਇਹਨੂੰ ਵੀ ਸਬਰ ਵ ਸਲਾਤ ਅਗਰ ਕੋਈ ਮੁਸ਼ਕਲ ਆ ਵਜੀ ਵੁਜ਼ੂ ਕਰਕੇ ਮੁਸੱਲਾ ਵਿਛਾ ਕੇ ਦੋ ਰਕਾਤ ਨਮਾਜ਼ ਸਫਰ ਦੇ ਮੁਸ਼ਕਲ ਆ ਵਾ ਅਹਿਮੀਅਤ ਨਮਾਜ਼ ਹੈ ਕਿ ਮੇਰੇ ਆਪ ਦਾ ਸੈਯਦ ਸਾਜਦੀਨ ਨਮਾਜ਼ ਪੜ੍ਹ ਰਹੇ ਤਵੱਜੋ ਹੈ ਨਮਾਜ਼ ਪੜ੍ਹਦੇ ਪਏ ਨੇ ਤੇ ਸਰਕਾਰ ਇਮਾਮ ਮੁਹੰਮਦ ਬਾਕਿਰ ਅਲੈਹਿ ਸਲਾਤੁ ਵਸਲਾਮ ਕਿੰਨਾ ਸਰਕਾਰ ਮੁਹੰਮਦ ਬਾਕਿਰ ਅਲੈਹਿ ਸਲਾਤੁ ਵਸਲਾਮ ਤੇ ਬਾਬੂਲੀ ਹਸਤੀ ਦਾ ਨਹੀਂ ਜਿਹਦੇ ਬਾਰੇ ਸਰਕਾਰ ਨਬੀਆਂ ਦੇ ਸਰਦਾਰ ਨੇ ਜਨਾਬ ਜਾਬਿਰ ਨੂੰ ਫਰਮਾਇਆ ਜਾਬਿਰ ਤੂੰ ਮੇਰੇ ਪੰਜਵੇਂ ਦਾਰੇ ਵਿਲਾਇਤ ਦੀ ਜ਼ਿਆਰਤ ਕਰੇ ਸੀ ਜਦੋਂ ਮਿਲੀ ਮੇਰੇ ਸਲਾਮ ਯਾਨੀ ਇਤਨੀ ਅਜ਼ੀਮ ਹਸਤੀ ਬਾਕਿਰ ਹਜ਼ੂਰ ਨਮਾਜ਼ ਸ਼ੁਰੂ ਕੀਤੀ ਹੈ ਤੇ ਸਰਕਾਰ ਬਾ ਕੇ ਖੂਹ ਲਾਏ ਗਏ ਉਹਨਾਂ ਦਾਰਾਂ ਦੀ ਆਈਆਂ ਦਿੱਤੀਆਂ ਐਸੇ ਸਾਜੇ ਦਿਨ ਤਰ ਬੈਠਾ ਖੂਹ ਲਾਏ ਗਏ ਕੋਈ ਪਰਵਾਹ ਨਹੀਂ ਉਸੇ ਇਤਮਿਨਾਨ ਦੇ ਨਾਲ ਨਮਾਜ਼ ਪੜ੍ਹਦੇ ਰਹੇ ਇਵੇਂ ਬਾਕਾਇਦਾ ਪੜ੍ਹਦੇ ਯਾਨੀ ਕਿਤਨੀ ਅਹਿਮੀਅਤ ਦੇ ਨਮਾਜ਼ ਹੈ ਬਾਕਿਰ ਜੈਸਾ ਫਰਜ਼ਾਂ ਦੇ ਖੂਹ ਵਿੱਚ ਹੋਵੇ ਲੇਕਿਨ ਇਹ ਜੋ ਆਪਣੇ ਖਾਲਿਕ ਦੇ ਨਾਲ ਰਾਜ਼ ਔਰ ਨਿਆਜ਼ ਕਰ ਰਹੇ ਹਨ ਆਪਣੇ ਬੇਟੇ ਦੀ ਪਰਵਾਹ ਨਹੀਂ ਕਈ ਸ਼ੈ ਦੀ ਪਰਵਾਹ ਨਹੀਂ ਕਿਉਂਕਿ ਰਾਬਤਾ ਹੈ ਉਸ ਜ਼ਾਤ ਦੇ ਹਾਲੀਆ ਦੇ ਨਾਲ ਪਰਦਾਦਾਰਾਂ ਦੁਆਈਆਂ ਦਿੱਤੀਆਂ ਇਤਮਿਨਾਨ ਨਾਲ ਨਮਾਜ਼ ਪੜ੍ਹੀ ਨਮਾਜ਼ ਖਤਮ ਕੀਤੀ ਉਸ ਖੂਹ ਦੇ ਕਿਨਾਰੇ ਤੇ ਆ ਕੇ ਫਰਮਾਇਆ ਪਾਣੀ ਮੈਂ ਕੋਲ ਆਪਣੀ ਅਮਾਨਤ ਵਾਪਸ ਲਾ ਫਰਮਾਇਆ ਪਰਦਾਦਾਰ ਨੂੰ ਕਮਜ਼ੋਰ ਯਕੀਨ ਇਸ ਜ਼ਾਤ ਨੂੰ ਮੈਂ ਯਾਦ ਕਰ ਰਿਹਾ ਉਹ ਜ਼ਾਤ ਮੈਂ ਤੂੰ ਭੁਲਾ ਚੋੜ ਯਾਨੀ ਕਿਤਨੀ ਅਹਿਮੀਅਤ ਅਸੀਂ ਇਸ ਨਮਾਜ਼ ਪੜ੍ਹਦੇ ਹਾਂ ਪਤਾ ਨਹੀਂ ਕਿਆ ਕਿਆ ਸਾਇਸ ਨਹੀਂ ਨਾ ਖੜੇ ਕਰਦੇ ਹਾਂ ਕਿਆ ਕਿਆ ਸੁਣ ਜਾਂਦੇ ਇੱਕ ਮਰਤਬਾ ਮੇਰੇ ਆਖਾ ਨਮਾਜ਼ ਪੜ੍ਹ ਰਹੇ ਇਹ ਸ਼ੈਤਾਨ ਸਭ ਪੜ੍ਹ ਕੇ ਆਇਆ ਇਸਨੇ ਬੜੀ ਕੋਸ਼ਿਸ਼ ਕੀਤੀ ਜੋ ਇਹਨਾਂ ਦਾ ਥੋੜ੍ਹੀ ਜਿਹੀ ਇਤਮਿਨਾਨ ਹੀ ਫਰਦਾ ਜਾ ਇਸਨੇ ਮੇਰੇ ਆਖਾ ਦੇ ਇਤਨੇ ਕੁ ਯਤਨ ਕੀਤੇ ਆਖਿਰ ਫਿਰ ਪੈਰਾਂ ਦੀਆਂ ਉਂਗਲੀਆਂ ਦੇ ਨੱਕ ਮਾਰਨੇ ਸ਼ੁਰੂ ਕੀਤੇ ਲੇਕਿਨ ਮੇਰੇ ਆਖਾ ਬੁੜੇ ਇਤਮਿਨਾਨ ਦੇ ਨਾਲ ਪੜ੍ਹਦੇ ਰਹੇ ਜ਼ਰਾ ਇਤਮਿਨਾਨ ਵਿੱਚ ਫਰਕ ਨਹੀਂ ਆਇਆ ਉਹਨੇ ਪੜ੍ਹਦੇ ਰਹੇ ਕਿ ਦੂਰ ਤੋਂ ਖੜੋ ਕਿ ਜਿਸ ਵੇਲੇ ਸ਼ੈਤਾਨ ਆਏ ਸੈਯਦ ਸਾਜਦੀਨ ਮੈਂ ਬੜੇ ਬੜੇ ਲੋਕ ਆਜ਼ਮਾਏ ਮੈਂ ਬੜੇ ਬੜੇ ਨਬੀਆਂ ਨੂੰ ਆਜ਼ਮਾਇਆ ਪਰ ਦੁਸ਼ਮਣੀ ਇਸਤਿਕਾਮਤ ਨਹੀਂ ਹੋਈ ਸੀ।
क्योंकि इन्हों का अमल इन्हों का किरदार साढ़े वास्ते मशाल है। अगर नमाज कोई आम अमल होया तो इतनी इतनाल इतनी इतमान न होया इतने औखे हालत है कि नमाज न पढ़ेगा। तेरे तरह दर्शाई नहीं कि ख्याल करे हर हालत नमाज दुआई मेरे भाइयों क्योंकि सिर्फ खाली मोहब्बत का फायदा नहीं कि असि नाम ही चढ़ू कम अज कम सारे बच्चे उन्होंने सीधा दरअसल पढ़े लिखे लोग जवानों में थोड़ी खिदमत याद कर सा अपने घर ही सही फैसले जा दिए और घर ही पढ़ो रोजाना कहीं ना कोई ना कोई दुआ पढ़ो क्योंकि मेरे आका सैयद साजे दीन दवाई मेरे आका दी दवाई इन्होंने भी कोई शक कोई शुभ की गुंजाइश हो रही यानी बड़े बड़े लोगों ने इसे इस्तेफादा किए रिसर्च यूनिवर्सिटियाँ की पढ़ाई पड़ी है यानी इतना सही फैस सजा दिया बड़ी मशहूर दवाई का मजमू है। और फिर अलामा मुफ्ती जाफर हुसैन ने जोड़ा उसका तर्जमन तशरीह की थी है क्या कहते उस हस्ती से क्योंकि मतन तो इमाम का फरमान है ना लेकिन तर्जमे और तशरीह कभी नहीं है यानी तुम आप अंदाजा करो दवाई मैं एक मरतबा शायद अगे बस की कब लिखना है एक मरतबा मैं दसवीं सदी के एक मकाम के उत्ते इन्हें बैठिया से मजे पढ़िया तो मेरे तो पहले एक सदे सैसे ऐलान किया है फुला बता है कि अल्लाह मैं बेटा दे तो मैं 5 लाख रुपया दे सी 5 लाख रुपया दे सी मैं देने की गल की रही पुत्र तो बड़े मां के आने तो पैसे जो नहीं लगे पता लगता उस वे को ना हो मैं फिर बता दें 5 लाख दे सी अगर इस कोई इतमान दिवावे तो बंदा 10 लाख दे सी तो ख्याल है जे तू पुत्र देव्या कीमत ना 5 लाख का बेटा कौन गिर गया जो पैसे हैं वह गिर गया जिंदे को 5 लाख कोई नहीं किए गिर गया यानी अल्लाह की अजमत देख मौला सैयद साजिदीन की दुआए दुआए आ जा उस दिन भी एक जुमला है जिन सारी दुआ पास होता फरमाने उससे भी बड़े जेनी गौर ख्याल है वाखा मेरा खालिक तू अजीज ने क्योंकि मौला सैयद साजिदीन की दुआ है वरना अगर कीमत ना अल्लाह बेट दे बिहार तो अमीर तो गिर गिर ना गरीब तरह हो जाना लेकिन मेरे आका दी की दुआ है या मौला यबी और नेआमा हु बिल आसमान ऐ वो जात जो अपनी नेमतें कीमत से फरोख्त नहीं करता कीमत नाल फरोख्त नहीं करता एक दुआ रोजाना है जिड़िया जिड़िया सिफात अच्छिया नहीं मौला ने साढ़े वास्ते एक दुआ का मकसद दुआ मंगी और उस याद करना चाहिए हर मोमिन नु शरीफा दे विच पढ़ो वो दुआ है ऐ मेरा अल्लाह मैं नी आऊज़ो बे का मिन हैदाम अल हिर्स घबराने तो नहीं मेरे अल्लाह मैं हिर्स की तुगयानी दे गोल तेरे तो पना क्योंकि हिर्स त्रै चीजें ही जिन्हें तो मासूम बना मानते हैं यानी हिर्स क्योंकि हरीस का अल्लाह ईमान नहीं बात हिर्स दिन रात मेहनत करे सी कोशिश करे सी वैसी दूसरी जमा कर लाते और मासूम कर मैंने कि हरीस की मिसाल एक रेशम के कीड़े दी ये रेशम का कीड़ा रेशम पैदा कर दे और उस रेशम से भी जो पैदा करेगा रहता है उसे फंसता रहता है टीता रहता है आखिरकार रेशम सारा मिट्टी बहुत उस रेशम के बीच मर पा यानी हरीस की मिसाल है कि हरीस माल कमा कमा के आप कमाते कमाते मर पे और आप फायदा कोई नहीं फायदा इस वास्ते हिरस तो बचो बड़ी छोटी सारा फरमाई जनाब आप है मुफ्ती जाफर ने किबला ने तुसने जो पढ़ो दूसरा फरमाया आउज़ बिका मिन ऐदान हिरस व सौरत मेरा गुस्से की शिद्दत ये गुस्सा बड़ी यानी इसके ऊपर कंट्रोल करना जरूरी है क्योंकि गुस्सा एक दीवानगी है और गुस्से की हालत ही बंदा वो काम कर करता है जिसके बाद सारी जिंदगी पछतावे ताई जो बराम नहीं इस वक्त गुस्से का इलाज दस मासूम मिले भाई तुम्हारा गुस्सा है कंट्रोल कर अपने होते और सब तो बड़ा जवान है जो अपने गुस्से से कंट्रोल कर गुस्सा एक किस्म का जुनून है
سوپر مین کے جنون ہے اگر وفاق رہا ہوا نہیں تو غصے وفاق نہ ہو تو جنون ہے یعنی یہ غضب اس وقت غضب غصے سے کنٹرول کرو اور اپنے ماحول کو ایسا بناؤ اس گھر کے بچ ہوئے رشتہ داروں کے بچ ہوئے قوم کے بچ ہوئے غصے سے کنٹرول کرو سوچ سمجھ کے فیصلہ کرو چونکہ غصہ صحیح فیصلے نہیں کرتا اور غصے کی عادت ہی بندہ ایسے کام کا کر دے سنتے پہ پہلے پاس ساری زندگی اور بندہ جو قرآن یہ پہلے معصوم طور پر سے دینا اسے پڑھو تو سی بھائی تصا کیسے رکھتے بھی کھڑو تو ہو تو بہر ہو بیٹھے ہو تو لیٹ ہو سن دے پہ کیا کہ ایسے امور ہیں کہ دوسرا ہوتا دن امریاں کے شمار کرنا شروع کر دیو تو کہ تھوڑے ذہن بدل ہوئے سی جس نے اپنے آپ نے کنٹرول کر کے سو تو آنو اس دے بہت اچھا سی گھر کر دیو لیکن ابھی اللہ حکم فرمایا کہ کام کا سفر کرنا ہے کہ سب سے پہلے جی چیز میرے سامنے آئے نا اس کو تو نگر ہوئی اللہ تعالیٰ ایک چیز نگر ہوئی ہے ایک چیز چھپا دے انہیں کہا نبی علیہ ویسے سے علیہ کل کرا چونکہ جیڑی چیز بڑے سامنے آئے تو سب سے نگر ہوئی ہے نبی سویرے سفر سے چلے تو سب نے پہلے انہیں سامنے پہاڑ آئے نبی حیران ہے اللہ فرمائے جیڑا پہاڑ ڈٹھا بھی آئے غصہ پہلے غصہ پہاڑ لگتا ہے تیری سے کنٹرول کر کے رکما پڑتا ہے اور پھر اس کا ریزلٹ کتنا سونا ہوتا ہے ریزلٹ کتنا سونا ہے جو پیچھے پچھتاوا نہیں ہوتا ایک دنوں ڈھیر بندے ختم کر کے ایک بار کتنی زیادتیاں کر کر دیں یعنی غصے کی حالت بھی اگر اس میں تھوڑا جا اپنا آپ کو سنبھال لیا ہو جائے تو میرے آقا فرمائیں میرا اللہ سورا سے غضب غضب دے شدت تم بنا کر فرمایا شدت حسد اور میرے اللہ حسد کی شدت اور سامنے کو بڑی بیماری اکثر اثر ہوگا جو ہوتے ہیں حسد اس دیمال ہے تو خوش تھی تو جتنا خوش تھی اسے اللہ اتنا تک ہوا دائے 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 ویسے حاصل تو حاصل تھی بھائی ہر ویلے جلد ہے لے فرق کوئی نہیں آتا جیتا باسمود ہوتا ہے جیتا حاصل ہوتا ہے وہ پتہ ہی کوئی نہیں ہوتا حاصل تو ہر ویلے تو بری ہوتا ہے حاصل تو ایک سی جیلی چلی شاہ ہے وہ تو بھادا کوئی نہیں ہوتا وہ ہر ویلے تو بری ہوتا ہے اس واسطے حسد سمجھو انہاں کچھ نہیں پڑھتا اور حسد کے تو سب نقصانات دیکھو نبیاں کے پتر حسد کی وجہ سے گھراموں کا قتل کر حضرت آدم دے بیٹے نہیں مطلب علیہ نبی بن آدم دے حق یعنی حضرت آدم دے بیٹا دا واقعہ تے پڑھو یعنی پھرا پھرا رو حسد کی وجہ سے قتل کیونکہ اس بولے بات کہ جو ہم نے قربانی کی تھی قبلہ من آدم و لم تقبل من آخر ایک دی قربانی قبول ہوئی کہ بہن دی قربانی قبول یہ دن نہ ہوئی کوشش کرے نا مراد آپ بلا قربانی کے کرے اللہ قبول سے کرے انہوں نے حضرت عابیل نو قابیل مرم قتل کر دیتا یعنی یہ ہونا کہ نبی دا بیٹا اچھا دن سے بڑی شہر کہ بھرا بھی بھرا دلتے ظلم کرن دے اس میں بڑے لمبا واقعہ تو اسی قرآن پڑھو حضرت یعقوب دے بیٹے جناب یوسف سے پھرا یہ کوئی عام ہستی سے بیٹے نہیں اور عام تربیت یافتہ نہیں یعنی نبوت دے کرانے نہیں ہستی ہیں نبی دے تربیت یافتہ بیٹے اور انہوں نے کوئی کمی نہیں ہو سکتی اور پھر حسد دیکھو اتنا حسد کہ نقتلو یوسف ابتر ارض یخلو لکم وجو ابیکم یوسف کو قتل کر دو کیا حضرت یوسف جو بھی کہتا
इतना हसर है कि क्योंकि बाबा मोहब्बत करता बर्दाश्त नहीं कर सकता, यूसुफ कतल कर दो या कहीं दूर छोड़ा हो। इतना बार फिर बाबे दे नाला कितनी मकारी, यानी हासिल कितनी मकारियां करे दे दिल्ली जी का भाई या वाला मालक ना तावन आला यूसुफ भाई ना लूल राशे। अब यार क्या वजह यूसुफ के बारे में जो साढ़े थे इतना नहीं करे दे हमने कैसा था यूसुफ के खैर खा है कि हजरत यूसुफ के खैर खा है कुछ मेटी थी इतनी कतल कर दो बाबे को लाए करें अब यूसुफ दे خیر خواہ ہے اصل مانا رضیت و یلب ابا جان ساڑھے نال بھیجو ساڑھے میرا سیاد و تفریق ریزی اسے خوش ہو سا ابا جان خبراؤنا نہیں وینن لگو لحافظو اصل یو سبزی حفاظت کی کرے سا اگر رنگ کی آیا ہوئے بھیرا یعنی یو سبز کوئی چھٹ چھوڑا کہ پھر اس کو کیا ظلم ہو سکتا کہ چھوٹے بھیرا دی اتنا ظلم کی تھا کہ حسد کرا رہا تھا خالق نے حضرت نے یوسف عزت دی تھی اور اللہ اس عمل کے نال دسنا چاہتا ہے اگر کوئی ہاتھ سے حسد کرے لیکن یہ کہ میں عزت دے ہوں یہ ان عزت ہمیشہ بہار اور ان یہ ہویا کہ حضرت یوسف نے گھرا دیا جو اتنی عزت نہ ملے اللہ نے حضرت یوسف کو تخت بہا کے فراوانوں محتاج کر کے دکھایا جب حضرت یوسف نے بلایا عزیز جوان طاقتور جماعت یعنی ساڈا بابا ساڈی پرواہ نہیں کرے گا وہ اسی کی طاقتور جماعت ہے لیکن اللہ دے کوئی طاقتور جماعت ہے جڑے کالا جانا میں طاقتور جماعت ہے اوے یوسف دے کولا کہ یوسف ساڈے سد گئی دے سد پوری بھر دے سیانے بندے بیٹھے سد کا امیر بندے بن دے سبحان اللہ خوش جیون نال اللہ تعالی مان والے سے یہ تو حسد سے رہے سو تو الٹا اپنا نقصان دی اور پھر اس دا فائدہ جڑی میں میرے شاید اتنے نال سی تم دی اور نے جو بلاغ دی حال خود بھائی کہ لوگ جیڑے حسد کرے نہ جینا نال تے گندے نال حسد یہ افسوس لگدا جو فلانا بیٹھا حسد یہ ہے نا لیکن موت دے کے بندہ اسی خاص جڑے میڈے نے حسد کرے دیا نا یہ مال میڈا تو ہوئے انہاں دا ہوئے سمجھ آئی نہیں اس وقت فرمایا فرمایا وزاف سے صبر اور میرا اللہ میں صبر کی کمی تو بنا ماننا چونکہ صبر اللہ فرمے دے ان اللہ ما صابرین میں صبر کرنے والوں کے ساتھ ہوں اور پھر صبر یا مصیبت سے صبر یا اطاعت دے صبر یا معصیت دے صبر سب نال وڈا صابر ہوئے جڑا گناہ دے صبر کرے کر سجدے دے نال کرے اور گناہ کرے چھوٹا نہ سمجھے یہ چھوٹا گناہ ہے نہ یہ چھوٹے گناہ وڈے ہوئے اور جڑا بندا اصرار ہے گناہ کرے گناہ نو گناہ نہ سمجھے او توبہ تے موافق بھی نہیں ہو سکتا جڑا کہ ایک کوئی گناہ ہے یہ بھی کوئی گناہ ہے تو لہذا یعنی ضعف صبر و قلت القناعت اور فرمایا میرا اللہ میں پناہ مانگنا چونکہ قناعت ایک ایسا خزانہ ہے لا یرفت قناعت ایسا خزانہ ہے جو کبھی ختم نہیں ہوگا جو اللہ دیتا ہے اسے جو خوش ہو کے زندگی بلا میرا اللہ تو نہیں رضا راضی ہے اور جتنے کسی قناعت کر دے ویسے تھوڑی عزت ہوتی ہے تھوڑی عزت ہوتی ویسی ایک حکیم نے بارے ہے جو یہاں این بڑا حکیم آ جناب سلطان سکندر نے انہوں نے تعریف سنی بندہ بڑا خردار ہے اور خردار بندے تو جان دے خردار بندہ دی عزت ہوں گی یہ لالچی عقیدہ دے گئے خردار خردار نہیں یہ مطلب خردار ہوئے لوگ ان عزت کے لئے یہ لالچی دی خردار یار بھائی یار بڑا اچھا بندہ خردار ہے یار کہہ مجھے دے نہیں اتنا اللہ تے بھروسہ سے یعنی دیویا نے حکیم گزرے وہ این جناب سلطان سکندر نے پتہ لگا
ये उस बंदे भेजे गई उन्होंने हकीम दुनिया को मैं बना कर रखा था। मैं तो परेशान था मुलाकात करी उनके पर गए ना कभी बादशाह ने कोई कड़ी लोड़े मैं इसको मुलाकात दिया मैं खास कराई गई मैं कोई उधर इतिहास कराई गई मैं क्यों अन्या उन्होंने मैं कर सकता थोड़ी मुलाकात नहीं कर सकता क्योंकि जरूरतमंद मुलाकात करेंगे मैं जरूरत ही नहीं यहाँ पर सुल्तान सिकंदर मिल से यार के लोगों ने दसा कोई आम बादशाह तो तुझसे समझ उन्होंने चलो भाई हकीम नहीं आया था असा लेके रहने सुभान अल्लाह आए सर्दियों का मौसम आई है जिमें इमाम बाल का चार दीवारी है इन चटाई देते सुता पे इन चिट कर बाम से खतरा के अल्लाह की नहमत सर्दियों का है जरा दुब लगी सवेरे सवेरे ये बड़ी नहमत हो रहा है लुत्फ फरदोज हों सुते जरा सिकंदर सुल्तान सिकंदर आए कई घोड़ा के सवार ते आके इन सुल्तान दे दुनिया के सामने खड़ोगे सलाम की तरह जवाब दे तो उठे नहीं कुछ नहीं बस जवाब दे के बस आराम जनाब सुल्तान ने सिकंदर फरमाया क्योंकि मैं तेरे को छोड़ रहा आज जेड़ी शे मन दे मन मन दे दे हो जो चीज मंगनी है अच्छा आप दसो कि बादशाह टोल के आवे कह बात कि मैं जेड़ी शे मांग मैं दे मांग जब बंदा बादशाह खुद मकसद इजहार करें मेरे को मन जो न मंगे वो सियाण आख क्योंकि जनाब बड़ी मेहरबानी सरदार थवाड़ी जेडे जनाब सुल्तान सिकंदर के नाल लोग हैं उन्होंने बंदा पा के लिए कि सुल्तान तो भी आया खड़ा है वो आते मेरे को जी शे जो शे मंगता है मन सुल्तान अच्छा करो थोड़ा जी तो हट खड़ो होगा तो धूप लगा दे समझ आइए वापस मिले तो ना आका सुल्तान में ये तो पाग मिले उस जगह मैं आधा हुकूमत छोड़ के मैं यो यो तरीका अपनाऊ इन खुददारी इस वास्ते मेरे भाइयों किल्लत कनात ये अल्लाह दिता है ने उसके पे शुक्र करो कामे बढ़ वाला कह दे ढेर बात और देखो लालची ना बढ़ो मंगना तो खुदा तो मांगो और बाहर से चौड़ा ना वास्ता दे और केड़ी मुश्किल तुम्हारी हल हो आपस में इतना प्यार कर सकते हो इतनी मोहब्बत कर सकते हो बधा दो सिला लेनी बधाई दे बनो खुशहाली है खुशहाली हो सब समझे बहु मेरे आका ने बड़े लंबे लंबे दुआ दी काफी सारे बहुत बड़े पढ़ाए से भी जरूर सही पद विच अगे मेरे अल्लाह व शफासत दिल खुल यानी पूरे अखलाक को बना चाहिए मेरे अल्लाह मुताबत हवा ख्वाहिशात की पैरवी तुम्हें बना चाहना यानी मुखालफत खुदा मैं हिदायत की मुखालफत तो बना चाहता बस सेरत गफला मैं गफलत की निंदा तो बना चाहता गफलत की ओंख तो गफूल कुरान मुसम्मत की थी एक दर पर ना से हिसाब हो खौफ गफलत बोले जून लोगों के हिसाब का वक्त कई बार लोग गफलत में पड़े सोए हुए सेना के रफ्ला दे मेरा अल्लाह वह ईसा ने बातें ने अल्लाह ने हक मेरा अल्लाह मैं पना मांगना जो बातें को हक को तरजीह दे बातें को हक को ये ना बातें को हक को तरजीह दे सी वो बर्बाद हो गया यानी बातें को हक को तरजीह दे मेरा वह इसरार मास में मेरा अल्लाह मैं बार बार दे गुनाह तो माफी मांगना कि मेरे को इसरार और इसराल गुनाह ना वो सीधा जे बंदा गुनाह नु गुनाह समझे तो जेड़ा बंदा ये कोई गुनाह है बार बार गुनाह करे ये कोई गुनाह है इसराल मासूम है व इस्तिगफार इताअत है मेरे आका दुआ है कि मेरा अल्लाह मैं इताअत नु बड़ा समझ भाई दस है कि मजलिस है तो सा दस कराए कोई एडी बड़ी इबादत की है ते को कमी रहे ना फरमाया इताअत नु बड़ा न समझ इताअत ज्यादा न समझा क्योंकि
उस जात को अजीम है तेरे सामने अली जैसी हस्ती आ फिर अल्लाह मैं तेरी इबादत तेरी जन्नत दे लाले तू नहीं करता जहन्नम दे खौफ नहीं करता पर वजह तो का आलम ने इबादत ने फाबर तो मैं रीन दे ईश्वर दी इबादत तो ने जो तू ना की इबादत लाए के दिमाग दे फरमाया बाबात المخسرين واذا رايت المكلين فلا میرا اللہ میں نہ بڑے بنا نے فخر و بہات تو بنا جانا مال دولت نشی تھا کہ خدا پر انسانیت بھر میں زمین بیٹھے انہاں چلدا لے خدا تکبر منیندا لے خدا تکبر اٹھدا لے خدا تکبر بہدا لے خدا یعنی مباحات المخسرین یعنی جو زیادہ مالدار دولت مند ہو جائے ان کے فخر ان کے ناز و نخر سے انہاں دی گفتگو دیکھو ناز نخر دے لو نہیں پوچھنا پانا یعنی وہ فرمایا میرا اللہ میں انہاں دو بنا مانگنا مباحات المخسرین و ازراء بالمکلین میرا اللہ میں کمزور ہوں حقیر سمجھن تو بنا مانگنا کہ میں غریب حقیر سمجھا میں غریب چھوٹے نو حقیر سمجھا مجھے غربت کو دیکھ کے میں حقیر سمجھا بڑے عزت دار سمجھا نا میرا اللہ اس کو مباحات تو بچائے اور چھوٹا نو پریشان تو نہیں کرتا چھوٹا نو حقیر سمجھا میرا اللہ اس نو مسور ولایا تیرے مانتا ہتا ہے دینا میرا اللہ جیتے میرے مانتا ہے تین اولاد ہے اہل خانہ ہے انہاں دے میری ولایت جیڑا میرا انہاں دے وہاں کا یہ حکومت ہے وہ میں اچھا برتاؤ کرا انہاں نال برا برتاؤ نہ انہاں کو دین دی اہمیت دسا میں انہاں دے دین سمجھاؤں سمجھے لو یعنی سوئل ولایت اے لمن تحت ہے دینا جو ہمارے تابع ہیں کنٹرول میں اچھے غلام ہیں نوکر ہیں اہل و یار ہیں اولاد ہیں جو بھی ہے میرا اللہ اس کے اوپر میری بری حکومت نہ ہوے بلکہ میں سونی حکومت کراں میں انہاں دی نگرانی کراں اور اس آیت کا مستاق پڑھ ونجا یا ایھا الذین آمنوا قوا انفسکم وعلیکم نارا میں اپنے آپ کو اور اپنے اہل و یار کو جہنم کی آگ سے بچاؤں سن لے بھائی فرمایا بتر کو شکر لمن استنا العارفات لنا اور فرمایا میرا اللہ جنہ ساڑے تے احسان کیتا ہے میں ان دے شکریہ کو تار کر اور والدین وہ سے سن لے بھائی والدین دے شکریہ تار کر استاد وہ سے نام سن لے بھائی بزرگ وہ سے نام لہذا اس وقت میرا اللہ جنہ نہ ملے تے کوئی احسان کیتا ہے میں انہاں دے یعنی شکر کو تار کر اور ناس و دا ظالمان یا میں کسی ظالم دی حمایت کرا اور نفذ اللہ ملکوفا یا میں کسی مظلوم دے ظلم کرا ان چیزیں تو بنا من دے تو اپنی لمبی بس میں ختم بھی کرتا یعنی سید و ساجدین آقا دی سیرت اپناو چلو تو میرے آقا ہی چلتے ہیں جی میں زمین دے ہوتے کہیں دے ساتھ دے پرندہ بیٹھا تمہاں سو ان کے ساری دلال ایک دیڑے سر اب آخری گھر دے میں دو جملے مشاہد سنا ایک دیڑے سرکار شاہراہ جاندے پہ جنگل سواری تے سواری ایک ڈاکو ابو والے سامنے آ گیا وہ ڈاکو آ کے آخر لگا کہ میں تھوڑے کو جڑا مال ہے وہ دے دو سواری میں دے دو تو میں تو قتل کر پر فرمایا تو کیوں قتل کرے گا یہ اس حق میں تھوڑا مال میں کو دے سواری دے وہ تو بعد میں قتل کر سکتا سرکاری نہ کر تو قتل نہ کر یہ جڑا میرے کو مال ہے نا یہ چا ادھی یاد کرے دے اب تھڑا تے اج بیٹھا قتل کر اسے بھی نہیں میں کھل صحیح صاحب یہ قتل ہی اچھا سرکاری اتنا کار چا میں اتنا دے چا جو میں اپنے گھر تک وطن دے پہنچ مجھے جڑا میری بردنا سامان دے چا تاکہ میں اپنے منزل دے پائے اسے کہ نہیں میں سب چیز لینی یہ تو قتل ہی کرنا میرا کا فرمایا کیا تو اللہ تو نہیں ڈرتا یہ میرے تا ڈال پا کچھے آخر کا میں ڈال رہا سوچا ہوا ہے میں خوف خدا کا کیڑی جرت اسا کہ میں کچھ ہی نہیں مالا کچھ ہی نہیں کر سکتا میں تو قتل ہی کرنا ہے کہ میں تو انہوں مال ہی سارا قبضے کرنا ہے واسے سمجھ لیا ہے لب مدھارے کوئی انہوں نے شیر پر مت ہے اس نے ایک نے ساری جو پکڑے ہیں ایک نے پہلے جو پکڑے کے دوسری جو نے سکھا تو سمجھ بھائی اوما سمجھین دی سیدت میرے آقا سید و ساجدین وہ ڈھیر لکھ رٹھے تھے ਇਹਨਾਂ ਰੁਨਾਂ ਨਾ ਬਾਕਰ ਦਾ ਬਾਬਾ
یعنی رون والی مشہور ہستیاں پنج جنہیں چ حضرت آدم بنے حضرت نوح بنے حضرت یوسف بنے مخدوم کونین بی بی بنی بی بی دی زندگی تھوڑی رک دیا ہے رونی تھوڑا عرش ہے پر اتنا رونی ہے جو انہاں نبیاں صدقیاں نے رون والا دے نال بی بی دا نام فہرست اور یہ ہستی سرکار سید صادقی بہت ڈھیر رونے نے بابے 35 سال رونے کہ بلا تساں سن کے اسا روکنے پڑھ کے روکنے ہیں ذرا ہوں جگر دیکھو جی سامنے اکبر نے گراہ اٹھے جن سامنے اشرف جا گراہ یقین جانو سادات کو شہزادہ علی اصغر کی موت کا درد کھا گیا اللہ تھوڑی زندگیاں دراز فرماوے یہ جدا جناب مختار شر ہے جن دل میں حال سر گر کے آیا میرے آقا سید الصادقین جو بول تے بابے دے قاتلاں دے جن میرے آقا صاحب نے نہیں سامنے سال پہ کافی دیر تے باقر دا بابا حسرت بھری نگاہ نال قاتل دے لے دارے کوئی پیر دا قاتل کوئی گرام دا قاتل کوئی چاچی عباس دا قاتل دے 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 ایک دفعہ سال چاہ کے میں آل بیٹھا رہے تے فرمایا نے میں آل آنے دے میں دے اسکر بھرا دے آپ دے دے انداز لگ دے کہ کتنا دم دے میرا قصید ساجرین نشینے دے چھوٹے پھرا باسا کیوں نہ اسکر دی بہت رکا چھوڑا لے جدہ جناب مختار دی حکومت ری دی حرمت پکڑی کی آیا آئی نہیں دی پوچھا جناب مختار سالمہ کر بنا کے ظلم ڈھیر کی تیرے پر اس معصوم دے کیوں ریا ظلم کی تا لے کہ جنہ ماما دے 18 سالہ دے ٹولے وہ چاند دی باندھ جا رہی ہیں چھوٹے پرانی بھی پینی آ رہی ہیں اچھیاں مہینہ دے لال دے کیوں ریا ظلم کی تیرے نہ بارا چاند دے بیٹھئے نہ چھٹا پرانی بھی کر مشریف ہو ایک اوینہ حیران ہو کے ہوتے معصوم ہستیاں اج وقت نہیں آیا
ਜਿਹੜੇ ਜਵਾਨੀ ਚ ਜ਼ਰੀਫ ਹੋਏ ਨੇ ਮੁਹੰਮਦ ਦੀ ਧੀ शरीफ लोग बैठे हो हंसते रहो इन मावा के छोटे बच्चे वो माओ कदा मौत की दुआ नहीं हो बल्कि अगर कोई तकलीफ बीमारी हो ना हक से दुआ मांगो अल्लाह मैं नसीहत दे रहे मेरे छोटे छोटे रो रहे हैं कि उन्होंने तो हर माँ की फितरत दे जाते छोटे बच्चे हो वो मौत की दुआ नहीं मांगती अल्लाह जाने जाए माँ के हसने इंशाअल्लाह दे हैं इतने दुख देते नमल का आज इलाही अजर वफा की सरी है नमल का अल्लाह मेरी जिंदगी को काम है था इतने बड़े मसाइब और आई नहीं तक नहीं सुना कह गरीब तू गरीब थी दर दुनिया तो दूर होए तो लोग रोन तो हट कर आए नहीं सुना मेरा ये हिक मेरी मखदूम है ऑनलाइन सेंड इन दरवाजे पे लोग बोल यारी बतू नवा करो कोई रोन दवा मकरर करे हाय केड़ा मजलूम है अली मेरे मौला ने बोला है ना रो दे मेरे आका घर है लाला महबूब सर मरूं फर मैंने ना अली मौला रो दे घर है मेरी शर्ट कमजोर हो गए दीवार में देख लगे बैठे हैं असाद है सहारे दे जो टूट दे आ गए दिया नार बैठी है कि मेरे आका जब दरवाजा बोल की तेरे तेरी भी हालत बैठी है तलियां टेक के उठे कदा ही नरों में कह दुआ है और मैं बतूं लोग है खड़े आदिल बदूर नवाब को जो करो मन दबा कर उधर अल्लाह तआला ने उनकी सलामत रखे मेरे जुमले छोड़ के रो पे और बीबी को ही जरूर नहीं बस बीबी रो के दुख का पर जुमला है या बल असर मा कल्ला मक्सी बैनहुम हसनैन दबा मैं कितना जिंदा रहा ਇਹ ਬੀਬੀ ਦੇ ਜੀਵਨ ਦੇ ਮੌਸਮ ਦਾ ਹੈ ਜਦ ਮੌਸਮ ਸ਼ਹੀਦ ਹੋ ਗਿਆ ਜਾਂ ਮਸਲੀਆਂ ਟੁੱਟ ਗਈ ਇਨਾਂ ਦੁਆ ਜਿਹਦੇ ਜਿਹੜਾ ਜ਼ਿੰਦਾ ਦਾ ਸੰਦੀ ਹੀ ਰੋ ਸਾ ਪ੍ਰਾਤ ਇਰਵਸਾ ਉਹ ਮੈਂ ਸਰਮਾ ਪੁੱਛੇ ਕਹਿ ਫਸਬਾ ਤੇ ਜਾਂ ਫਿਰ ਰਸੂਲullah ਮੁਹੰਮਦ ਦੀ ਝਟਕੀ ਨੇ ਪਹਿਲੇ ਫਿਰ ਨੇ ਇਹ ਵੀ ਰੋ ਕੇ ਫਰਮਾਇਆ ਸਾ ਤੋ ਬੈਨਾ ਕਾਮ ਦੀ ਵਕਾਰ ਤੋ ਮੈਂ ਸਰਮਾ ਮੈਂ ਤੂ ਦਰਦ ਖਾ ਮੈਂ ਰੂ ਦੁਖ ਖਾ ਗਏ ਵੀ ਵੀ ਖੇੜੇ ਰੋ ਕੇ ਫਰਮਾਇਆ ਬਾਬੇ ਦੀ ਜੁਦਾਈ ਖਾ ਗਈ ਹੈ ਅਲੀ ਦੀ ਮਜਲੂਮੀ ਮੁਕਾ ਚਾ ਇਕ ਵੀ ਵੀ ਜਵਾਨੀ ਚ ਜ਼ੈਫ ਹੋ ਗਈ ਰੂ ਜ ਮੌਲਾ ਹੁਸੈਨ ਦਾ ਪੁੱਤਰ ਸੈਯਦ ਸਾਦਰੀ ਜਦੀ ਆਦੇ ਸ਼ਾਹ ਦਾ ਬਦੀ ਜਵਾਨੀ ਅਦਾ ਜਵਾਨੋ ਇਹ ਜਵਾਨ ਜਲਦੀ ਜ਼ੈਫ ਨਹੀਂ ਹੁੰਦੇ ਨੇ ਬਾਕੀ ਅੱਲਾਹ ਬਾਬਾ ਜੀ ਇਹ ਆਕਾ ਦਾ ਗੁਜ਼ਰ ਕੀ ਗਿਆ ਨਾ ਤਾਂ ਕਸਾਬ ਕੋਸ਼ਿਸ਼ ਕਰ ਰਹੇ ਨੇ ਛੁਰੀਆਂ ਚਪਾ ਕੇ ਦਿਆ ਜੋ ਬਾਕਰ ਦੇ ਬਾਬੇ ਦੀ ਛੁਰੀ ਦੇ ਦੀਦ ਨਾ ਪੋਵੇ ਮਤ ਅਕਬਰ ਯਾਦ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਗੁਜ਼ਰਾਂ ਦੀ ਕਸਾਬ ਹੈ ਦੁਪਾ ਨਹੀਂ ਆ ਲੈ ਉਸ ਕੋਸ਼ਿਸ਼ ਕੀ ਦੀ ਹੈ ਕਿ ਨਿਕਲ ਇਮਾਮ ਮਤ ਕੀ ਵਿੱਚ ਛਪਾ ਲਿਆ ਮੇਰੇ ਆਕਾ ਪੁੱਛੇ ਭਾਈ ਮੈਂ ਇਹਦੇ ਵੇ ਨਹੀਂ ਕਿ ਕਰੇ ਨਾ ਮੌਲਾ ਦੁਪਾ ਸਭਾ ਕਰੇ ਨਾ ਦੁਪਾ ਸਭਾ ਕਰਨ ਆਇਆ ਖੁਸ਼ ਦਿਨ ਭਾਈ ਇਹਦੇ ਕੋਈ ਸ਼ਰਾਇਤ ਜਾਣ ਮੁਸਕੂ ਦੇ ਕੋਈ ਸ਼ਰਾਇਤ ਜਾਣ ਆ ਮੌਲਾ ਮੈਂ ਇਹਦੇ ਸ਼ਰਾਇਤ ਜਾਣ ਨਾ ਹੈਵਾਨ ਤੋਂ ਹੈਵਾਨ ਦੇ ਸਾਹਮਣੇ ਜ਼ਬਰ ਆਖਾ ਨਾ ਉਸ ਮੇਰਾ ਮਜ਼ਲੂਮ ਬਾਬਾ ਤੂੰ ਤਾਂ ਦੁਨੀਆ ਦੇ ਬਹਿਣਾ ਦੇ ਸਾਹਮਣੇ ਬਸ
جاری سیوان اس آلے نہ زبر کرو نہ تیز ہو نفذ تیز آیا ہے کہاں نکل گئی کمنی آیا ہے میں نہ مظلوم بابا کمی نہ خجر کھنڈا کر کے بھر بزر 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 بابا جاتا ہے حضرت مرزا تیزا وہاں دے حیوان تسا لگا نفذ تسا جو حیوان نہ ہوئی کربلا تو منفر گیا نہائی ہوئے دے تسا لوگ حیوانا کو پانی پلا کے ذبح کرے نہ لو میں مظلوم بابا تو سب دے سر سری دے رہے ہو آخری ویلے شمر تو مقدر یا حسان لے ماجے کو میں تو ہی کو پھر پانی دے دے قادر نہ شفا دینا مزی من از دعا میں جگر کبا ہو دے کربلا تو لے کے شام دے جو پھر یہ باجر دا بابا کربلا تو لے کے شام دے چپ رہے بابا دا بابا بال جھڑ رہے میرے آقا چپ رہے پھوٹیاں چادر ملدیاں نہیں ہیں میرے آقا چپ رہے کان کے ظلم یہ سطر لکھ دے چپ رہے لیکن شریف وجد شام دا صدر بابا رہے بابا جیڑا صاحب رائی بھائی نکل گئی ہے لگنے سجاد لے Yeah.
ربنا تقبل منا